ਅੰਮ੍ਰਿਤਸਰ ਦਾ ਇੱਕ ਗੁਰਸਿੱਖ ਪਰਿਵਾਰ ਆਪਣੇ ਬੱਚੇ ਦੀ ਤੰਦਰੁਸਤੀ ਲਈ ਅਰਦਾਸਾਂ ਅਤੇ ਲੋਕਾਂ ਕੋਲੋਂ ਮਾਲੀ ਮਦਦ ਦੀ ਅਪੀਲ ਕਰ ਰਿਹਾ ਹੈ। ਪਰਿਵਾਰ ਆਪਣੇ ਬੱਚੇ ਦਾ ਕਈ ਸਾਲਾਂ ਤੋਂ ਇਲਾਜ ਕਰਵਾ ਰਿਹਾ ਹੈ। ਘਰ ਦੇ ਹਾਲਾਤ ਜ਼ਿਆਦਾ ਚੰਗੇ ਨਹੀਂ ਹੈ। ਇਹ ਬੱਚੇ ਦਾ ਪਿਤਾ ਪਾਠੀ ਸਿੰਘ ਹੈ ਅਤੇ ਲਾਕਡਾਊਨ ਦੇ ਚੱਲਦਿਆਂ ਘਰ ਗੁਜ਼ਾਰਾ ਔਖਾ ਹੋ ਗਿਆ। ਉਪਰੋਂ ਇਲਾਜ ਅਤੇ ਦਵਾਈਆਂ ਲਈ ਪੈਸੇ ਨਾ ਹੋਣ ਕਰਕੇ ਬੱਚੇ ਦੇ ਇਲਾਜ ਲਈ ਮਦਦ ਦੀ ਗੁਹਾਰ ਲਗਾਈ ਹੈ। ਬੱਚੇ ਦੇ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਨੂੰ ਦਿਮਾਗੀ ਬਿਮਾਰੀ ਹੈ ਜਿਸ ਦੇ ਚੱਲਦਿਆਂ ਇਲਾਜ ਬਹੁਤ ਮਹਿੰਗਾ ਹੈ ਅਤੇ ਉਹਨਾਂ ਕੋਲ ਪੈਸੇ ਨਹੀਂ ਹੈ। ਉਹਨਾਂ ਦੱਸਿਆ ਕਿ ਬੱਚੇ ਦੇ ਹਾਲਾਤ ਹੁਣ ਕੁਝ ਠੀਕ ਨੇ ਪਰ ਮਹਿੰਗੀਆਂ ਦਵਾਈਆਂ ਖਰੀਦਣੀਆਂ ਉਹਨਾਂ ਦੇ ਬੱਸੋਂ ਬਾਹਰ ਨੇ। ਉਹਨਾਂ ਮੰਗ ਕੀਤੀ ਕਿ ਉਹਨਾਂ ਦੇ ਬੱਚੇ ਦੇ ਇਲਾਜ ਅਤੇ ਦਵਾਈਆਂ ਲਈ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਦੀ ਮਦਦ ਕਰਨ। ਇਸ ਮੌਕੇ ਤੇ ਅੰਮ੍ਰਿਤਸਰ ਤੋਂ ਐਸਆਈ ਦਲਜੀਤ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਨੇ, ਜਦੋਂ ਐਸਆਈ ਦਲਜੀਤ ਸਿੰਘ ਨੂੰ ਇਸ ਪਰਿਵਾਰ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਇਸ ਪਰਿਵਾਰ ਕੋਲ ਪਹੁੰਚ ਕੇ ਰਾਸ਼ਨ ਦੇ ਪੈਸੇ ਦੇ ਕੇ ਇਸ ਗੁਰਸਿੱਖ ਪਰਿਵਾਰ ਦੀ ਮਦਦ ਕੀਤੀ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਇਸ ਪਰਿਵਾਰ ਦੀ ਮਦਦ ਕਰਨ। ਇਸ ਮੌਕੇ ਤੇ ਪਰਿਵਾਰ ਵੱਲੋਂ ਆਪਣਾ ਸੰਪਰਕ ਨੰਬਰ ਵੀ ਦਿੱਤਾ ਗਿਆ ਜਿਸ ਨੂੰ ਕਿ ਅਸੀਂ ਸਕਰੀਨ ਤੇ ਦਿਖਾ ਰਹੇ ਹਾਂ। ਸੁਖਵਿੰਦਰ ਸਿੰਘ ਜੀ ਰਹਿੰਦੇ ਕਿੱਥੇ ਜੀ? ਇੱਥੇ ਕਥੋਂ ਨੇ ਜੀ। ਤੇ ਕਾਹਦਾ ਕੰਮ ਕਰਦੇ ਜੀ? ਵੀ ਜੀ ਪਾਠ ਤਾਂ ਕਰੀਦੇ, ਚੱਲ ਪਈ ਡਿਊਟੀ ਦਾੜੀ ਦਾ, ਉਹ ਵੀ ਮੰਦ ਮੁੰਦਾ ਜਿਹਾ ਹੋ ਗਿਆ ਸਾਰਾ। ਕਿੰਨਾ ਹੋ ਗਿਆ ਤੁਹਾਨੂੰ ਪਾਠੀ ਇਹ ਕੰਮ ਕਰਦੇ? ਕੋਈ ਆਹ 2 ਸਾਲ ਹੋਏ ਇਸ ਤੋਂ ਪਹਿਲਾਂ, ਥੋੜ੍ਹਾ ਚੱਲ ਫਿਰ ਕੇ ਦੂਰ ਕਰਦਾ ਕੰਮ, ਜਾਂ ਗੁੜੀਆ ਦੀ ਬੜੀ ਮੁਸ਼ਕਲ ਆਉਣ ਲੱਗ ਪਈ ਵਿੱਚ ਵਿੱਚ, ਅਤੇ ਫਿਰ ਦੂਰ ਨੇੜੇ ਜਾਣਾ ਬੰਦ ਹੋ ਗਿਆ। ਅਸੀਂ ਦੇਖਿਆ ਘਰ ਦੇ ਹਾਲਾਤ ਬੜੇ ਮਾੜੇ ਸਾਡੇ ਜੀ। ਅਤੇ ਗੁੜੀਆ ਨੂੰ ਕੀ ਹੋਇਆ ਵਾ? ਗੁੜੀਆ ਨੂੰ ਦਿਮਾਗ ਦੀ ਤੋਂ ਪ੍ਰੋਬਲਮ ਹੈ, ਦਵਾਈ ਦਵੀ ਚੱਲਦੀ ਹੈ ਜੀ ਦਿਮਾਗ ਦੀ, ਬ੍ਰੇਨ ਦੀ, ਅਤੇ ਬਾਕੀ ਹੈਗਾ ਨੂੰ ਦੌਰੇਦਾਰੇ ਪੈਂਦੇ ਸੀ, ਕੁਛ ਫਰਕ ਪੈ ਗਿਆ, ਕੋਈ ਦਵਾਈ ਚੱਲਦੀ ਹੈ। ਇਲਾਜ ਕਿੱਥੋਂ ਕਰਾਇਆ ਦਾ? ਗੁਰੂ ਰਾਮਦਾਸ ਹਸਪਤਾਲ 'ਚ ਜਿੱਥੇ ਆਪਣੇ ਵੱਲੇ ਨਾ, ਉੱਥੇ ਚੱਲਦਾ। ਡਾਕਟਰ ਦਿਮਾਗ ਦਾ ਹੀ, ਇਹਦਾ ਬ੍ਰੇਨ ਦਾ ਹੀ ਹੈ ਜੋ ਵੀ ਹੈਗਾ, ਉਹਦੇ ਕਾਰਨ ਕਰਕੇ ਇਹਦਾ ਤੁਰਨ ਫਿਰਨ ਦਾ ਜਿਹੜਾ ਬੈਠਣਾ ਸੀਗਾ ਮੁਸ਼ਕਲ ਆ ਵੀ ਸਰੀਰ ਦੇ। ਕਿੰਨੀ ਉਮਰ ਦੀ ਹੋ ਗਈ? ਕੋਈ 7ਵਾਂ ਸਾਲ ਲੱਗਾ ਇਹਨੂੰ। ਕੋਈ 1.5 ਮਹੀਨੇ, ਸਵਾ 1.5 ਮਹੀਨੇ ਤੋਂ ਬਾਅਦ ਇਹਨੂੰ ਦੌਰੇ ਦੂਰੇ ਜਿਹੇ ਸ਼ੁਰੂ ਹੋਏ ਜਿਹੜੇ ਵਾਹ ਪੈਂਦੇ ਰਹੇ, ਅਤੇ ਹੁਣ ਜੇ ਆ ਕੇ ਹਟੇ ਆ, ਅਤੇ ਜੇ ਦਵਾਈ ਚੱਲਦੀ ਹੈ, ਡਾਕਟਰ ਕਹਿੰਦੇ ਵੀ ਦਵਾਈ ਨਹੀਂ ਬੰਦ ਕਰਨੀ, ਪਹਿਲਾਂ ਨਹੀਂ ਆਉਂਦਾ ਅਰਮਾਨ ਹੁਣ ਆਇਆ। ਵੀ ਜੀ ਦਾਸੀ ਅਤੇ ਬਜ਼ੁਰਗ ਰਿਸ਼ਕਾ ਚ ਲਾਉਂਦੇ ਬਸ ਅੱਡੇ ਦੇ ਵੈਸੇ ਇੱਦਾਂ ਗੁਰਦੁਆਰੇ ਪ੍ਰਸ਼ਾਦਾ ਛਕਾਈਦਾ ਸੀ, ਕਿਹਾ ਗੁੜੀਆ ਵਿਚਾਰੀ ਵਾਸਤੇ ਜਿਹੜਾ ਥੋੜ੍ਹਾ ਬਹੁਤਾ ਰਾਸ਼ਨ ਪਾਣੀ ਲਾਈਦਾ ਸੀ, ਉਹਦੀ ਕਦੀ ਕਦਾਈ ਕੋਈ ਥੋੜ੍ਹੀ ਬਹੁਤੀ ਲਾਗੂ ਮਦਦ ਕਰ ਦਿੰਦਾ ਸੀ, ਉਹ ਵੀ 2 ਕੁ ਦਿਨ ਨਿਕਲਦੇ ਸੀ ਬਸ। ਅਤੇ ਦਵਾਈ ਵੀਰ ਜੀ ਇਹਦੀ ਜਿਹੜੀ ਰਿਸੈਬਰਲ ਗੋਲੀ ਆ ਉਹ ਕੋਈ 950-800 ਦੇ ਵਿੱਚ ਪੱਤਾ ਹੁੰਦਾ ਵਾ, ਅਤੇ ਬਾਕੀ ਜਿਹੜੀਆਂ ਇਹਦੀਆਂ 1-2 ਦਿਨ ਦੀ ਸੀਸੀ ਆ ਜਿੱਥੇ ਰੱਖੀ ਹੋਈ ਸੀ, ਬਾਕੀ ਇੱਦਾਂ ਕੋਈ ਤਾਕਤ ਵਾਲੀ ਦਵਾਈ ਚੱਲਦੀਆਂ ਕੋਈ ਦਿਮਾਗ ਦੀਆਂ, ਕੋਈ ਇਹਦਾ 2000-2500 ਦੇ ਲੱਗ ਜਾ ਕੇ ਲੱਗ ਜਾਂਦਾ ਮਹੀਨੇ ਦਾ, ਜਾਣਾ ਜੂਣਾ ਬਹੁਤ ਪੈਂਦਾ ਸਾਨੂੰ, ਮੁਸ਼ਕਲ ਬੜੀ ਹੁੰਦੀ ਹੈ, ਚੈੱਕ ਚੁੱਕ ਕਰਵਾਉਣ ਵੀ ਜਾਣਾ ਪੈਂਦਾ, ਦਵਾਈ ਬਦਲਣੀ ਵੀ ਪੈਂਦੀ ਕਈ ਵਾਰੀ, ਜਿਹੜੀ ਇਨਫੈਕਸ਼ਨ ਹੁੰਦੀ ਕਦੀ ਬੁਖਾਰ ਕਦੀ ਕਬਜ਼, ਇੱਦਾਂ ਡਾਕਟਰ ਕਹਿੰਦੇ ਕੋਈ ਹੋ ਜਾਵੇਗੀ ਪਰ ਟਾਈਮ ਲੱਗੂਗਾ ਥੋੜ੍ਹਾ ਥੋੜ੍ਹਾ, ਮਤਲਬ ਕਿ ਹੌਲੀ ਹੌਲੀ ਫਰਕ ਪਵੇਗਾ। ਸਾਨੂੰ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਡੇ ਨਾਲ ਸੰਪਰਕ ਕਰੋ, ਸਾਡੇ ਘਰ ਵੀ ਆ ਸਕਦੇ ਜੋ, ਸਾਡੇ ਨਾਲ ਡਾਕਟਰ ਗੱਲ ਕਰੋ ਤਾਂ ਕਿ ਜਿਹੜੀ ਬੱਚੀ ਦਾ ਇਲਾਜ ਹੈ ਜਿਹੜਾ ਤੁਹਾਡੀ ਦਿੱਤੀ ਹੋਈ ਸੇਵਾ ਦੇ ਰਾਹੀਂ ਕੀਤਾ ਜਾ ਸਕੇ। ਅਤੇ ਆਪਣਾ ਪਿੰਡ ਕੱਥੂ ਨਗਲ, ਜ਼ਿਲ੍ਹਾ ਅੰਮ੍ਰਿਤਸਰ, ਅਤੇ ਬਟਾਲਾ ਰੋਡ ਸੇਵਾ ਕੇਂਦਰ ਦੇ ਲਾਗੇ ਹੀ ਘੋੜੇ ਵਾਲੀ ਕੋਠੀ, ਉੱਥੇ ਦਾਸ ਦਾ ਘਰ ਹੈ ਜਿੱਥੇ ਆਪਾਂ ਇਸ ਛੋਟੇ ਜਿਹੇ ਘਰ ਦੇ ਵਿੱਚ ਉਸ ਅਕਾਲ ਪੁਰਖ ਦਾ, ਪਰਮਾਤਮਾ ਦਾ ਧੰਨਵਾਦ ਕਰਦੇ ਰਹਿੰਦੇ ਹਾਂ, ਅਤੇ ਤੁਹਾਡਾ ਵੀ ਸਾਰੇ ਸੰਗਤਾਂ ਦਾ ਧੰਨਵਾਦ ਕਰਦੇ ਰਹਾਂਗੇ। ਅਤੇ ਇਹੀ ਅਰਦਾਸ ਕਰਦੇ ਹਾਂ ਕਿ ਸਭ ਨੂੰ ਮਹਾਰਾਜ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ, ਅਤੇ ਇਸ ਬੱਚੀ ਨੂੰ ਗੁਰੂ ਰਾਮਦਾਸ ਜੀ ਆਰਾਮ ਬਖਸ਼ੇ। ਆਪਣਾ ਮੋਬਾਈਲ ਨੰਬਰ? ਮੇਰਾ ਨੰਬਰ ਵੀਰ ਜੀ ਹੈਗਾ ਵਾ 62-842-23-375, 62-842-23-375। ਜਿਹੜੀਆਂ ਵੀ ਸਿੱਖ ਸੰਗਤਾਂ ਵਾ ਉਹ ਗੁਰਮੁਖ ਪਿਆਰੇ ਹਨ, ਉਹ ਘਰ ਆਣ ਕੇ ਜਾਂ ਇੱਥੋਂ ਇਹ ਵੀਰਾਂ ਕੋਲ ਐਡਰੈਸ ਲੈ ਕੇ ਗੱਲ ਕਰ ਸਕਦੇ ਨੇ। ਹਾਂਜੀ ਭਾਈ, ਕੀ ਨਾਮ ਤੁਹਾਡਾ? ਹਾਂਜੀ ਭਾਈ ਸੰਦੀਪ। ਦੀਪੋ ਜੀ, ਕੀ ਹੋਇਆ ਤੁਹਾਡੀ ਬੇਟੀ ਨੂੰ?
ਬਾਬਾ ਜੀ ਇਹ ਨਾ ਡੇਢ ਕੁ ਮਹੀਨੇ ਦੀ ਸੀ, ਇਹਨੂੰ ਨਾ ਦੌਰੇ ਦੂਰੇ ਪੈਣੇ ਚਾਲੂ ਹੋਏ ਸੀ, ਬੁਖਾਰ ਹੋਇਆ ਸੀ ਇਹਦੇ ਦਿਮਾਗ ਨੂੰ, ਬੁਖਾਰ ਹੋ ਗਿਆ ਤੇ ਉਸ ਤੋਂ ਬਾਅਦ ਇਹਨੂੰ ਦੌਰੇ ਦੌਰੇ ਪੈਣੇ ਚਾਲੂ ਹੋ ਗਏ ਸੀ। ਭਾਜੀ ਹੁਣ ਇਹ ਆ ਵੀ ਜਦੋਂ ਮਤਲਬ ਕਿ ਸ਼ੁਰੂ ਦੇ ਵਿੱਚ ਇਹਦੀ ਕੰਡੀਸ਼ਨ ਜਿਹੜੀ ਕਾਫੀ ਜ਼ਿਆਦਾ ਖਰਾਬ, ਮਤਲਬ ਕਿ ਇਹਦੇ ਸ਼ੁਰੂ ਦੇ ਵਿੱਚ ਜਿਹੜੀ ਕੰਡੀਸ਼ਨ ਕਾਫੀ ਜ਼ਿਆਦਾ ਖਰਾਬ ਸੀਗੀ, ਵੀ ਜਿਸ ਤਰ੍ਹਾਂ ਮਤਲਬ ਇਹਨੂੰ ਦੌਰੇ ਜਿਹੜੇ ਪੈਂਦੇ ਸੀਗੇ 5 ਮਿੰਟਾਂ ਦੇ ਵਿੱਚ ਚਾਰ ਪੰਜ ਦੌਰੇ ਪੈ ਜਾਂਦੇ ਸੀਗੇ ਇਹਨੂੰ, ਅਤੇ ਡਾਕਟਰਾਂ ਨੇ ਕਿਹਾ ਸੀ ਇਹਦੇ ਦੌਰੇ ਨਾ ਮੁਸ਼ਕਲ ਨੇ ਕਾਫੀ ਜ਼ਿਆਦਾ ਕੰਟਰੋਲ ਕਰਨੇ, ਉਹਨਾਂ ਨੇ ਕਈ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਪਾਈਆਂ, ਅਤੇ ਉਸ ਤੋਂ ਬਾਅਦ ਚੰਡੀਗੜ੍ਹ ਵੀ ਅਸੀਂ ਇਹਨੂੰ ਲੈ ਕੇ ਗਏ ਅਤੇ ਹੋਰ ਵੀ ਕਈ ਥਾਵਾਂ 'ਤੇ ਇਹਨੂੰ ਚੈੱਕ ਕਰਵਾਇਆ ਸੀਗਾ। ਅਤੇ ਭਾਅ ਜੀ ਉਸ ਤੋਂ ਬਾਅਦ ਇਹਦੇ ਦੌਰੇ ਨਾ ਜਾ ਕੇ ਹੁਣ ਥੋੜ੍ਹੇ ਜਿਹੇ ਕੰਟਰੋਲ ਹੋਏ ਨੇ, ਵੀ ਦੌਰੇ ਜਿਹੜੇ ਨਾ ਹੁਣ 6-7 ਮਹੀਨਿਆਂ ਤੋਂ ਬਿਲਕੁਲ ਵੀ ਇਹਨੂੰ ਕੋਈ ਵੀ ਦੌਰਾ ਨਹੀਂ ਪੈ ਰਿਹਾ ਹੈਗਾ, ਮੈਡੀਸਨ ਇਹਦੀ ਜਿਹੜੀ ਚੱਲਦੀ ਪਈ ਹੈ। ਇਹ ਸਾਰੇ ਡਾਕਟਰ ਸਾਹਿਬ ਕਹਿ ਰਹੇ ਸੀ, ਅਸੀਂ ਉਹਨਾਂ ਨੂੰ ਪੁੱਛਿਆ ਸੀ, ਉਹ ਕਹਿੰਦੇ ਵੀ ਜਦੋਂ ਇਸ ਦੇ ਦਿਮਾਗ ਦਾ ਜਿਹੜਾ ਮਤਲਬ ਕਿ ਉਹ ਹੋਇਆ ਸੀ ਨਾ, ਇਸ ਨੂੰ ਜਦੋਂ ਦੌਰੇ ਪੈ ਰਹੇ ਸੀਗੇ ਉਹਦੇ ਕਰਕੇ ਮਤਲਬ ਕਿ ਇਹਦੇ ਸਾਰੀ ਕੰਡੀਸ਼ਨ ਇਸ ਤਰ੍ਹਾਂ ਦੀ ਹੋਈ ਹੈ ਦਿਮਾਗ ਦੇ ਕਾਰਨ। ਹਾਂਜੀ ਭਾਅ ਜੀ ਇਸ ਤਰ੍ਹਾਂ ਨਾ ਵੀ ਅਸੀਂ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਛੱਕ ਲਈਦਾ ਵਾ, ਕਈ ਵਾਰ ਕੋਈ ਆ ਕੇ ਸਾਨੂੰ ਵੀ ਥੋੜ੍ਹਾ ਬਹੁਤ ਰਾਸ਼ਨ ਪਾਣੀ ਦੇ ਦਿੰਦੇ ਨੇ, ਉਹਦੇ ਵਿੱਚੋਂ ਫਿਰ ਅਸੀਂ ਬੱਚੇ ਦਾ ਵੀ ਥੋੜ੍ਹਾ ਬਹੁਤਾ ਉਹ ਕਰਨਾ ਹੁੰਦਾ ਵਾ, ਬਾਕੀ ਅਸੀਂ ਪ੍ਰਸ਼ਾਦਾ ਪਾਣੀ ਗੁਰੂ ਘਰ 'ਚੋਂ ਛੱਕਦੇ ਹਾਂ। ਭਾਅ ਜੀ ਇਹਦਾ ਇਲਾਜ ਜਿਹੜਾ ਅਸੀਂ ਨਾ ਕਾਫੀ ਜਗ੍ਹਾ ਤੋਂ ਕਰਵਾਇਆ ਵਾ, ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਕਾਫੀ ਜਿਹੜੇ ਸਪੈਸ਼ਲਿਸਟ ਹੈਗੇ ਨੇ ਡਾਕਟਰ ਦਿਮਾਗ ਦੇ ਨੇ, ਬ੍ਰੇਨ ਦੇ, ਅਸੀਂ ਉਹਨਾਂ ਨੂੰ ਵੀ ਚੈੱਕ ਕਰਵਾਇਆ ਸੀ, ਫਿਰ ਜਲੰਧਰ ਮਕਸੂਦਾ ਹੋਸਪਿਟਲ ਦੇ ਵਿੱਚ, ਅਤੇ ਲੁਧਿਆਣੇ ਵੀ 2-3 ਹੋਸਪਿਟਲ ਹੈਗੇ ਨੇ, DMC CMC ਇਹਨਾਂ ਦੋਨਾਂ ਦੇ ਵਿੱਚ। ਅਤੇ ਹਾਂਜੀ ਸਾਡੇ ਪੈਸੇ ਮਤਲਬ ਕਿ ਇਸ ਤਰ੍ਹਾਂ ਵੀ ਵੈਸੇ ਤਾਂ ਵੀ ਜਿਹੜੀ ਵੀ ਅਸੀਂ ਕਮਾਈ ਇਹ ਕਰਦੇ ਸੀਗੇ ਉਹਦੇ ਵਿੱਚ ਇੰਨੀ ਆਮਦਨ ਨਹੀਂ ਹੁੰਦੀ ਸੀਗੀ, ਵੀ ਉਸ ਤੋਂ ਬਾਅਦ ਵੀ ਕਈ ਸੰਸਥਾਵਾਂ ਨੇ ਵੀ ਇਸ ਬੱਚੇ ਦਾ ਇਲਾਜ ਜਿਹੜਾ ਕਰਵਾਇਆ ਵਾ। ਹਾਂਜੀ ਭਾਅ ਜੀ ਮੰਗ ਅਸੀਂ ਇਹੀ ਕਰਦੇ ਹਾਂ ਵੀ ਇਸ ਬੱਚੇ ਦੇ ਇਲਾਜ ਦੇ ਵਾਸਤੇ ਨਾ ਵੀ ਹੈ ਨਾ ਸੰਗਤ ਨਾ ਸੇਵਾ ਭੇਜਦੀ ਰਹੇ, ਅਤੇ ਹੈ ਨਾ ਸਾਰੀ ਸੰਗਤ ਨੂੰ ਖਾਸ ਕਰਕੇ ਇਹੀ ਬੇਨਤੀ ਵੀ ਇਸ ਬੱਚੇ ਦੇ ਵਾਸਤੇ ਨਾ ਜ਼ਿਆਦਾਤਰ ਬਾਣੀ ਪੜ੍ਹ ਕੇ ਅਰਦਾਸ ਬੇਨਤੀ ਕਰੇ ਸਾਰੀ ਸੰਗਤ, ਕਿਉਂਕਿ ਜਦੋਂ ਸਾਰੇ ਮਤਲਬ ਕਿ ਹੀਲੇ ਖਤਮ ਹੋ ਜਾਂਦੇ ਨੇ ਫਿਰ ਗੁਰੂ ਸਾਹਿਬ ਦੀ ਬਾਣੀ ਅਤੇ ਗੁਰੂ ਸਾਹਿਬ ਦੇ ਭਰੋਸੇ ਦੇ ਨਾਲ ਹੀ ਸਾਰਾ ਕੁਛ ਹੋ ਸਕਦਾ ਵਾ। ਹਾਂਜੀ ਮੋਬਾਈਲ ਨੰਬਰ 6842-23-375। ਬੁਰੇ ਹਾਲਾਤ ਨੇ ਜਿਹੜਾ ਇਸ ਪਰਿਵਾਰ ਦੇ, ਜਿਹੜੀ ਲੜਕੀ ਸੀਗੀ ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹੈ, ਅਤੇ ਜਿਹੜਾ ਪਰਿਵਾਰ ਸੀਗਾ ਇਹ ਪਰਿਵਾਰ ਜਿਹੜਾ ਹੈ ਇਹ ਬਾਣੀ ਅਤੇ ਬਾਣੀ ਦੇ ਵਿੱਚ ਬੜਾ ਹੈਗੇ ਨੇ ਅਤੇ ਪ੍ਰਤੱਖ ਨੇ, ਅਤੇ ਇਹ ਗੁਰਬਾਣੀ ਦੇ ਵਿੱਚ ਗੁਰਬਾਣੀ ਪੜ੍ਹਦੇ ਨੇ, ਇਹ ਪਰਿਵਾਰ ਜਿਹੜਾ ਬਹੁਤ ਹੀ ਆਪਣੇ ਸੰਸਕਾਰਾਂ ਵਾਲਾ ਅਤੇ ਬਾਣੀ ਪੜ੍ਹਨ ਵਾਲਾ ਨਿਤਨੇਮੀ ਪਰਿਵਾਰ ਹੈ, ਅਤੇ ਇਸ ਪਰਿਵਾਰ ਦੇ ਵਿੱਚ ਜੋ ਅੱਜ ਹਾਲਾਤ ਨੇ, ਮਕਾਨ ਬਹੁਤ ਟੁੱਟਾ ਫੁੱਟਾ ਹੋਇਆ ਅਤੇ ਇਹਨਾਂ ਨੇ ਬਿਮਾਰੀ ਉੱਤੇ ਪੈਸੇ ਲਾ ਲਾ ਕੇ ਅੱਜ ਇਹਨਾਂ ਕੋਲ ਖਾਣ ਵਾਸਤੇ ਵੀ ਕੋਈ ਦਾਣਾ ਨਹੀਂ ਹੈਗਾ। ਸਾਡੇ ਕੋਲ ਤਾਂ ਜ਼ਰੂਰਤ ਵਾਲੀਆਂ ਜਿਹੜੀ ਚੀਜ਼ਾਂ ਸੀ ਉਹ ਆਪਾਂ ਰਾਸ਼ਨ ਵਗੈਰਾ ਲਿਆ ਕੇ ਦਿੱਤਾ ਜੀ, ਹੋਰ ਅਸੀਂ ਇਹਨਾਂ ਜਿਹੜੀ ਵੱਧ ਤੋਂ ਵੱਧ ਅੱਗੇ ਤੋਂ ਜਿਹੜੀ ਮਦਦ ਉਹ ਦਾਨੀ ਸੱਜਣਾ ਅੱਗੇ ਅਪੀਲ ਕਰਾਂਗੇ ਵੀ ਉਹ ਵੱਧ ਤੋਂ ਵੱਧ ਹੈਲਪ ਕਰ ਦੇਣ। ਬੱਚੀ ਦੀ ਪਹਿਲਾਂ ਤਾਂ ਕਹਿੰਦੇ ਸੀ ਪੱਥਰੀ ਆ, ਬੀਬੀ ਜੀ ਕਹਿੰਦੇ ਵੀ ਅਸੀਂ ਗੁਰਬਾਣੀ ਪੜ੍ਹਦੇ ਰਹੇ ਹਾਂ ਅਤੇ ਉਹ ਪੱਥਰੀ ਹੁਣ ਜਿਹੜੀ ਉਹ ਚੋਂ ਗਾਇਬ ਹੋ ਗਈ ਆ, ਜਾਂ ਮਤਲਬ ਕਿ ਉਹ ਇਸ ਵੇਲੇ ਉਹਦੀ ਕੋਈ ਨਿਸ਼ਾਨੀ ਨਹੀਂ ਹੈਗੀ, ਅਤੇ ਹੁਣ ਅੱਗੇ ਜਿਹੜੀ ਬੱਚੀ ਆ ਅੱਗੇ ਨੂੰ ਥੋੜ੍ਹੀ ਚੰਗੀ ਹਾਲਤ ਵਿੱਚ ਆ, ਲੇਕਿਨ ਫਿਰ ਵੀ ਅੱਜ ਇਹਨੂੰ ਮੈਡੀਕਲ ਟ੍ਰੀਟਮੈਂਟ ਦੀ ਜ਼ਰੂਰਤ ਹੈਗੀ ਆ, ਜੇ ਕੋਈ ਪਰਿਵਾਰ ਅੱਗੇ ਆ ਕੇ ਜਾਂ ਕੋਈ ਦਾਨੀ ਸੱਜਣ ਅੱਗੇ ਆ ਕੇ ਤਾਂ ਹੈਲਪ ਕਰ ਸਕਦੇ ਤਾਂ ਕਰ ਸਕਦੇ। ਵੇਖੋ ਜੀ ਜਿਹੜਾ ਬਾਣੀ ਪੜ੍ਹਨ ਵਾਲਾ ਬੰਦਾ ਵਾ ਉਹਦੇ ਉੱਤੇ ਇਹੋ ਜਿਹੇ ਇਮਤਿਹਾਨ ਆਉਂਦੀਆਂ ਘੜੀਆਂ ਆਉਂਦੀਆਂ ਵਾ, ਹੁਣ ਲੋਕਾਂ ਨੂੰ ਸੋਸ਼ਲ ਮੀਡੀਆ ਦਾ ਹੀ ਪਤਾ ਲੱਗ ਗਿਆ, ਅਤੇ ਲੋਕ ਹੁਣ ਜਿਹੜੇ ਆ ਉਹ ਵੱਧ ਤੋਂ ਵੱਧ ਅਗਮਿਤ ਖਿਆਲ ਅੱਗੇ ਆਉਣਗੇ ਇਸ ਗੱਲ ਸੁਣ ਕੇ, ਜਾਂ ਇਹ ਬਾਣੀ ਦੇ ਬਾਣੀ ਵਿੱਚ ਇੱਕ ਅਲੱਗ ਪਰਿਵਾਰ ਹੈ, ਅਤੇ ਇਹ ਲੋਕ ਜਿਹੜੇ ਆ ਹੁਣ ਇਹਦਾ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਨਗੇ। ਇਹ ਜੀ ਇਹ ਜਿਹੜਾ ਪਰਿਵਾਰ ਹੈ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਆਪਣੇ ਬਾਣੀ ਦੇ ਪਾਣੀ ਦੇ ਵਿੱਚ ਬੜੇ ਆਪਣੇ ਹੈਗੇ ਪ੍ਰਤੱਖ ਨੇ, ਅਤੇ ਇਹ ਪਰਿਵਾਰ ਨੂੰ ਜਿਹੜਾ ਅੱਗੇ ਲੋਕ ਆ ਕੇ ਜਾਂ ਦਾਨੀ ਸੱਜਣ ਜਾਂ NRI ਵੀਰ ਭਰਾ ਜਿਹੜੇ ਨੇ ਉਹ ਅੱਗੇ ਆ ਕੇ ਇਹਨਾਂ ਦੀ ਹੈਲਪ ਕਰਨਗੇ ਤਾਂ ਜੋ ਇਹਨਾਂ ਦਾ ਹੌਸਲਾ ਬਣਿਆ ਰਹੇ ਅਤੇ ਡੋਲਣ। ਆਵਾਜ਼ੀ ਕੌਮ TV ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।